ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਲੈ ਕੇ ਹਾਜ਼ਰ ਹਾਂ ਨਵਾਂ ਵੀਡੀਓ ਅਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਫਰੈਸ਼ ਫਰੂਟਸ ਫਰੈਸ਼ ਫਰੂਟਸ ਮੀਨਸ ਸੀਜ਼ਨਲ ਫਰੂਟ ਜਿਹੜੇ ਸੀਜ਼ਨਲ ਫਰੂਟ ਹੁੰਦੇ ਆ ਉਹ ਫਰੈਸ਼ ਫਰੂਟ ਹੁੰਦੇ ਆ ਔਰ ਉਹਨਾਂ ਦੇ ਖਾਣ ਦੇ ਕੀ ਫਾਇਦੇ ਆ ਸਾਡੀ ਬੋਡੀ ਨੂੰ ਕਿਵੇਂ ਬੈਨੀਫਿਟ ਹੁੰਦੇ ਆ ਫਰੈਸ਼ ਫਰੂਟ ਸਟੋਰਡ ਫਰੂਟ ਫਰੂਟ ਨਾਲੋਂ ਜੇਕਰ ਫਰੈਸ਼ ਫਰੂਟ ਅਵੇਲੇਬਲ ਹੈ ਤਾਂ ਉਹੀ ਸਾਨੂੰ ਖਾਣਾ ਚਾਹੀਦਾ ਫਰੈਸ਼ ਫਰੂਟ ਹੁੰਦੇ ਆ ਜੀ ਜਿਹੜੇ ਸੀਜ਼ਨ ਦੇ ਫਰੂਟ ਹੁੰਦੇ ਆ ਜਿਵੇਂ ਕਿ ਹੁਣ ਸੀਜ਼ਨ ਚੱਲ ਰਿਹਾ ਇਸ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਅਮਰੂਦ ਇੱਕ ਵਧੀਆ ਫਰੂਟ ਆ ਰਿਹਾ ਅਮਰੂਦ ਬਹੁਤ ਹੀ ਵਧੀਆ ਫਰੂਟ ਆ ਸਾਡੀ ਬੋਡੀ ਵਾਸਤੇ ਅਮਰੂਦ ਦੇ ਕੀ ਫਾਇਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਦੋਸਤੋ ਅਮਰੂਦ ਦੇ ਵਿੱਚ ਵਿਟਾਮਿਨ ਸੀ ਫਸਟ ਜੇ ਆਪਾਂ ਗੱਲ ਕਰੀਏ ਤਾਂ ਅਮਰੂਦ ਦੇ ਵਿੱਚ ਵਿਟਾਮਿਨ ਸੀ ਜਿਹੜਾ ਕਾਫੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਵਿਟਾਮਿਨ ਸੀ ਇੱਕ ਐਂਟੀਆਕਸੀਡੈਂਟ ਵੀ ਹੈਗਾ ਵਿਟਾਮਿਨ ਸੀ ਸਾਡੀ ਸਕਿਨ 'ਤੇ ਗਲੋ ਲਿਆਉਣ ਵਾਸਤੇ ਵੀ ਬਹੁਤ ਜ਼ਰੂਰੀ ਹੈ ਵਿਟਾਮਿਨ ਸੀ ਨੂੰ ਤੁਸੀਂ ਅਮਰੂਦ ਨੂੰ ਕੱਟ ਕੇ ਆਪਣੇ ਫੇਸ 'ਤੇ ਵੀ ਲਾ ਸਕਦੇ ਹਾਂ ਰਬਿੰਗ ਕਰ ਸਕਦੇ ਹਾਂ ਦਾਣੇ ਉਹਦੇ ਵਿੱਚੋਂ ਬੀਜ ਕੱਢ ਕੇ ਅਤੇ ਤੁਹਾਡੇ ਫੇਸ 'ਤੇ ਗਲੋ ਲਿਆਉਣ ਵਾਸਤੇ ਵੀ ਜਿਹੜਾ ਅਮਰੂਦ ਇੱਕ ਵਧੀਆ ਆਪਸ਼ਨ ਹੈ ਸੋ ਵਿਟਾਮਿਨ ਸੀ ਸਾਡੀ ਡਾਇਟ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਬੋਡੀ ਸਾਡੀ ਸਟੋਰ ਨਹੀਂ ਕਰ ਸਕਦੀ ਵਿਟਾਮਿਨ ਸੀ ਨੂੰ ਸੋ ਅਮਰੂਦ ਇੱਕ ਜਿਹੜਾ ਹੈਗਾ ਵਿਟਾਮਿਨ ਸੀ ਦਾ ਨਾਲ ਭਰਪੂਰ ਹੈਗਾ ਜੀ ਸੋ ਅਮਰੂਦ ਖਾਇਆ ਕਰੋ ਤਾਂ ਕਿ ਸੀਜ਼ਨਲ ਫਰੂਟ ਵੀ ਹੈਗਾ ਫਰੈਸ਼ ਫਰੂਟ ਹੈਗਾ ਸੀਜ਼ਨਲ ਫਰੂਟ ਹੈ ਔਰ ਸਾਡੀ ਬੋਡੀ ਨੂੰ ਇਹਦੇ ਵਿਟਾਮਿਨ ਸੀ ਦੀ ਰਿਕਵਰੀ ਹੋਊਗੀ ਇਸ ਕਰਕੇ ਵਿਟਾਮਿਨ ਸੀ ਜਿਹੜਾ ਹੈਗਾ ਤੁਸੀਂ ਇਹਦੇ ਵਿੱਚੋਂ ਖਾ ਸਕਦੇ ਹੋ ਇਹਦੇ ਨਾਲ ਦੋਸਤੋ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਹੋਰ ਅਮਰੂਦ ਖਾਣ ਦੇ ਕੀ ਫਾਇਦੇ ਆ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਨਾਲ ਨਾਲ ਜਿਹੜਾ ਹੈਗਾ ਵਧੀਆ ਵੀਡੀਓਜ਼ ਤੁਹਾਡੇ ਲਈ ਹੈਲਥ ਰਿਲੇਟਡ ਕਰਦੇ ਰਹੀਏ ਜੋ ਵੀ ਜਿੰਨੀ ਕੁ ਆਪਣੇ ਕੋਲ ਜਾਣਕਾਰੀ ਤਜਰਬਾ ਐਕਸਪੀਰੀਅੰਸ ਆਉਂਦਾ ਰਹਿੰਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅਮਰੂਦ ਦੇ ਹੋਰ ਫਾਇਦੇ ਹੈਗੇ ਜੀ ਵਿਟਾਮਿਨ ਸੀ ਤੋਂ ਇਲਾਵਾ ਫਾਈਬਰ ਕਾਫੀ ਮਾਤਰਾ ਦੇ ਵਿੱਚ ਹੁੰਦਾ ਅਮਰੂਦ ਦੇ ਵਿੱਚ ਸੋ ਦਿਨ ਵੇਲੇ ਰਾਤ ਨੂੰ ਅਮਰੂਦ ਨਹੀਂ ਖਾਣਾ ਦਿਨ ਵੇਲੇ ਅਮਰੂਦ ਤੁਸੀਂ ਖਾਣਾ ਹੈ ਅਮਰੂਦ ਖਾਣਾ ਹੈਗਾ ਰੋਟੀ ਖਾਣ ਤੋਂ 2 ਘੰਟੇ 1 ਘੰਟਾ ਬਾਅਦ ਦੇ ਵਿੱਚ ਕਿਉਂਕਿ ਜੇ ਤੁਸੀਂ ਸਵੇਰੇ ਖਾਣਾ ਖਾਧਾ ਤਾਂ ਨਾਲ ਅਮਰੂਦ ਇਨਕਲੂਡ ਇਨਪੁੱਟ ਕਰੋਗੇ ਤਾਂ ਫਿਰ ਤੁਹਾਨੂੰ ਜਿਹੜਾ ਪੇਟ ਭਰਿਆ ਭਰਿਆ ਲੱਗੂਗਾ ਸੋ ਬ੍ਰੇਕ ਕਰਕੇ ਬ੍ਰੇਕ ਲੈ ਕੇ ਉਸ ਤੋਂ ਬਾਅਦ ਹੀ ਤੁਸੀਂ ਅਮਰੂਦ ਨੂੰ ਖਾਣਾ ਫਸਟ ਹੋ ਗਈ ਜੀ ਵਿਟਾਮਿਨ ਸੀ ਦੀ ਗੱਲ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਵਿਟਾਮਿਨ ਸੀ ਤੋਂ ਇਲਾਵਾ ਜਿਹੜਾ ਹੈਗਾ ਫਾਈਬਰ ਫਾਈਬਰ ਪੇਟ ਸਾਫ਼ ਕਰਨ ਵਾਸਤੇ ਕਬਜ਼ ਤੋਂ ਬਚਣ ਵਾਸਤੇ ਫਾਈਬਰ ਸਾਡੀ ਡਾਇਟ ਦੇ ਵਿੱਚ ਹੋਣਾ ਚਾਹੀਦਾ ਸੋ ਵਿਟਾਮਿਨ ਸੀ ਦੇ ਨਾਲ ਨਾਲ ਅਮਰੂਦ ਦੇ ਵਿੱਚ ਸਾਨੂੰ ਫਾਈਬਰ ਕਾਫੀ ਮਾਤਰਾ ਦੇ ਵਿੱਚ ਮਿਲ ਜਾਂਦਾ ਇਸ ਕਰਕੇ ਵੀ ਤੁਸੀਂ ਅਮਰੂਦ ਨੂੰ ਜਿਹੜਾ ਹੈਗਾ ਆਪਣੀ ਡੇਲੀ ਰੂਟੀਨ ਡਾਇਟ ਦੇ ਵਿੱਚ ਜਿੰਨਾ ਟਾਈਮ ਸਾਡੇ ਕੋਲ ਅਵੇਲੇਬਲ ਹੈਗਾ ਅਮਰੂਦ ਉਨਾ ਟਾਈਮ ਤੁਸੀਂ ਇਹਨੂੰ ਖਾ ਸਕਦੇ ਹਾਂ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚੋਂ ਫਾਈਬਰ ਮਿਲ ਜਾਵੇ ਪੇਟ ਸਾਫ਼ ਰਹਿਣ ਵਾਸਤੇ ਠੀਕ ਹੈ ਜੀ ਫਸਟ ਆਪਾਂ ਸਕਿਨ ਬਾਰੇ ਗੱਲ ਕਰ ਰਹੀ ਸੈਕੰਡ ਵੀ ਹੋ ਗਿਆ ਜੀ ਕਬਜ਼ ਬਾਰੇ ਕਬਜ਼ ਨੂੰ ਕੰਟਰੋਲ ਕਰਦਾ ਕਬਜ਼ ਨੂੰ ਠੀਕ ਕਰਨ ਦੇ ਵਿੱਚ ਅਮਰੂਦ ਜਿਹੜਾ ਕਾਫੀ ਬੈਨੀਫਿਟ ਹੁੰਦਾ ਜੀ ਇਸ ਤੋਂ ਇਲਾਵਾ ਜਿਹੜਾ ਅਮਰੂਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਵਿਟਾਮਿਨਸ ਪਾਏ ਜਾਂਦੇ ਆ ਜਿਵੇਂ ਕਿ ਸਾਡੇ ਬ੍ਰੇਨ ਵਾਸਤੇ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ ਇੱਕ ਨਿਊਟ੍ਰੀਸ਼ਨ ਮਿਲ ਜਾਂਦੀ ਹੈ ਇਹਦੇ ਵਿੱਚੋਂ ਨਿਊਟ੍ਰੀਸ਼ਨ ਵੈਲਿਊਜ਼ ਮਿਲ ਜਾਂਦੀਆਂ ਇਸ ਕਰਕੇ ਵੀ ਤੁਸੀਂ ਆਪਣੀ ਅਮਰੂਦ ਨੂੰ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ ਬਲੱਡ ਨੂੰ ਸਰਕੂਲੇਟ ਕਰਨ ਵਾਸਤੇ ਰੈਗੂਲੇਟ ਕਰਨ ਵਾਸਤੇ ਬੋਡੀ ਦੇ ਵਿੱਚ ਅਮਰੂਦ ਜਿਹੜਾ ਹੈਗਾ ਤੁਸੀਂ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਵੇਟ ਲੂਜ਼ ਕਰਨਾ ਚਾਹੁੰਦੇ ਆ ਤਾਂ ਰੋਟੀ ਦੁਪਹਿਰ ਵੇਲੇ ਖਾਂਦੇ ਆ ਤਾਂ ਰੋਟੀ ਦੀ ਰਿਪਲੇਸਮੈਂਟ ਜਿਹੜੀ ਹੈਗੀ ਤੁਸੀਂ ਇਸ ਫੂਡ ਦੇ ਨਾਲ ਕਰ ਸਕਦੇ ਆ ਤਾਂ ਕਿ ਤੁਹਾਡਾ ਵੇਟ ਕੰਟਰੋਲ ਦੇ ਵਿੱਚ ਰਵੇ ਵੇਟ ਨੂੰ ਘਟਾਉਣ ਵਾਸਤੇ ਇਹਦੀ ਰੋਟੀ ਦੀ ਰਿਪਲੇਸਮੈਂਟ ਤੁਸੀਂ ਫਰੂਟ ਇਸ ਫਰੂਟ ਦੇ ਨਾਲ ਕਰ ਸਕਦੇ ਆ ਤਾਂ ਕਿ ਤੁਹਾਡਾ ਵੇਟ ਜਿਹੜਾ ਹੈਗਾ ਤੁਸੀਂ ਆਪਣੇ ਵੇਟ ਨੂੰ ਕੰਟਰੋਲ ਕਰ ਸਕੋ ਜਾਂ ਵੇਟ ਨੂੰ ਜਿਹੜਾ ਹੈਗਾ ਘਟਾ ਸਕੋ ਠੀਕ ਹੈ ਜੀ 4 ਨੰਬਰ ਜਿਹੜਾ ਹੈਗਾ ਆਪਾਂ ਫਿਰ ਦੁਬਾਰਾ ਇੱਕ ਵਾਰੀ ਦੁਬਾਰਾ ਤੋਂ ਸਾਰੇ ਰਿਪੀਟ ਕਰੂੰਗਾ ਮੈਂ ਫਸਟ ਹੋ ਗਿਆ ਜੀ ਵਿਟਾਮਿਨ ਸੀ ਸੈਕਿੰਡ ਹੋ ਗਿਆ ਜੀ ਜਿਹੜਾ ਹੈਗਾ ਕਬਜ਼ ਦੀ ਪ੍ਰੋਬਲਮ ਠੀਕ ਕਰਨ ਵਾਸਤੇ ਅਮਰੂਦ ਦੇ ਵਿੱਚ ਫਾਈਬਰ ਹੁੰਦਾ ਅਮਰੂਦ ਨੂੰ ਕੱਟ ਕੇ ਤੁਸੀਂ ਬੀਜ ਕੱਢ ਕੇ ਫੇਸ 'ਤੇ ਵੀ ਲਾ ਸਕਦੇ ਹਾਂ ਬਲੱਡ ਸਰਕੂਲੇਟ ਰੈਗੂਲੇਟ ਕਰਨ ਵਾਸਤੇ ਵੀ ਜਿਹੜਾ ਅਮਰੂਦ ਸਾਨੂੰ ਕਾਫੀ ਬੈਨੀਫਿਟ ਹੁੰਦਾ ਅਮਰੂਦ ਦਾ ਉਸ ਤੋਂ ਇਲਾਵਾ ਜਿਹੜਾ ਵੇਟ ਲੂਜ਼ ਕਰਨ ਵਾਸਤੇ ਕਿਸੇ ਡਾਇਟ ਨੂੰ ਰਿਪਲੇਸ ਕਰਨਾ ਚਾਹੁੰਦੇ ਹਾਂ ਤੁਸੀਂ ਦਿਨ ਵੇਲੇ ਦੁਪਹਿਰ ਵੇਲੇ ਜਿਵੇਂ ਤੁਸੀਂ ਰੋਟੀ ਖਾਂਦੇ ਤਾਂ ਉਹਨੂੰ ਰਿਪਲੇਸ ਕਰ ਸਕਦੇ ਹਾਂ ਫਰੂਟਸ ਦੇ ਨਾਲ ਜਾਂ ਉਹਦੇ ਨਾਲ ਤੁਹਾਡਾ ਵੇਟ ਲੂਜ਼ ਕਰਨ ਦੇ ਵਿੱਚ ਜਿਹੜੀ ਫੈਟ ਵਾਲੀ ਡਾਇਟ ਤੁਸੀਂ ਦਿਨ ਵੇਲੇ ਕਿਸੇ ਵੀ ਟਾਈਮ ਲੈਂਦੇ ਹੋ ਤਾਂ ਉਹਨੂੰ ਇਹਦੇ ਨਾਲ ਰਿਪਲੇਸ ਕਰ ਸਕਦੇ ਹਾਂ ਉਹਦਾ ਨਾਲ ਤਿੰਨ ਨਾਲੇ ਤਾਂ ਤੁਹਾਨੂੰ ਜੀ ਵਿਟਾਮਿਨਸ ਮਿਲ ਜਾਣਗੇ ਇਸ ਫਰੂਟ ਦੇ ਵਿੱਚੋਂ ਨਾਲੇ ਤੁਹਾਡੀ ਜਿਹੜੀ ਹੈਗੀ ਆ ਵੇਟ ਲੂਜ਼ ਕਰਨ ਦੇ ਵਿੱਚ ਰਿਕਵਰ ਵੇਟ ਲੂਜ਼ ਕਰਨ ਵਾਸਤੇ ਤੁਹਾਨੂੰ ਡਾਇਟ ਦੀ ਰਿਕਵਰੀ ਇਸ ਫਰੂਟ ਦੇ ਵਿੱਚੋਂ ਹੋ ਜਾਊਗੀ ਠੀਕ ਹੈ ਜੀ ਕਬਜ਼ ਨੂੰ ਠੀਕ ਕਰਨ ਵਾਸਤੇ ਵੀ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਰੜੀ ਫਿਰ 2 ਫਾਇਦੇ ਹੋ ਜਾਣਗੇ ਤੁਹਾਨੂੰ ਵੇਟ ਲੂਜ਼ ਕਰਨ ਵਾਸਤੇ ਅਤੇ ਕਬਜ਼ ਨੂੰ ਦੂਰ ਕਰਨ ਵਾਸਤੇ ਜਿਹੜਾ ਇਹਦੇ ਵਿੱਚੋਂ ਫਾਈਬਰ ਵੀ ਮਿਲ ਜੂਗਾ ਫਾਈਬਰ ਕੀ ਹੁੰਦਾ ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਕਿਸੇ ਦਿਨ ਹੋਰ ਵੀਡੀਓ ਇਸ 'ਤੇ ਸਪੈਸ਼ਲੀ ਬਣਾਵਾਂਗੇ ਅਮਰੂਦ ਇੱਕ ਐਂਟੀਆਕਸੀਡੈਂਟ ਵੀ ਆ ਆਪਾਂ ਫਸਟ ਸਟਾਰਟ 'ਤੇ ਹੀ ਗੱਲ ਕਰ ਚੁੱਕੇ ਹਾਂ ਐਂਟੀਆਕਸੀਡੈਂਟ ਡਾਇਟ ਕਿਹੜੀ ਹੁੰਦੀ ਆ ਜਿਹੜੀ ਸਾਨੂੰ ਬਾਹਰੋਂ ਤਾਂ ਅਸੀਂ ਨਹਾ ਲਏ ਸਾਬਣ ਲਾ ਲਿਆ
ਜਾਂ ਵਰਕਆਊਟ ਕਰ ਲਿਆ ਉਹਦੇ ਨਾਲ ਵੀ ਇੱਕ ਜਿਹੜਾ ਹੈਗਾ ਸਾਡਾ ਕਲੀਨ ਹੁੰਦੀ ਹੈ ਬੋਡੀ ਅੰਦਰੋਂ ਵੀ ਬਾਹਰੋਂ ਵੀ ਪਰ ਜਿਹੜਾ ਐਂਟੀਆਕਸੀਡੈਂਟ ਡਾਇਟ ਹੁੰਦੀ ਹੈ ਸਪੈਸ਼ਲੀ ਸਾਡੀ ਬੋਡੀ ਨੂੰ ਅੰਦਰੋਂ ਕਲੀਨ ਕਰਦੀ ਹੈ ਸਾਡੇ ਪੇਟ ਨੂੰ ਸਾਫ਼ ਕਰਦੀ ਹੈ ਸਾਡੇ ਵਿੱਚੋਂ ਜਿਹੜਾ ਹੈਗਾ ਫਿਲਟਰ ਦੀ ਤਰ੍ਹਾਂ ਫਿਲਟਰ ਦਾ ਕੰਮ ਕਰਦੀ ਹੈ ਸਾਰੇ ਸਰੀਰ ਨੂੰ ਇੰਟਰਨਲ ਬੋਡੀ ਨੂੰ ਕਲੀਨ ਕਰਨ ਵਾਸਤੇ ਉਹ ਡਾਇਟ ਜਿਹੜੀ ਹੈ ਕੰਮ ਆਉਂਦੀ ਹੈ ਇਸ ਕਰਕੇ ਐਂਟੀਆਕਸੀਡੈਂਟ ਡਾਇਟ ਹੈਗੀ ਹੈ ਇੱਕ ਅਮਰੂਦ ਇਹਨੂੰ ਐਂਟੀਆਕਸੀਡੈਂਟ ਡਾਇਟ ਦੇ ਤੌਰ 'ਤੇ ਵੀ ਤੁਸੀਂ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ ਸੋ ਚੈਨਲ ਨੂੰ ਤੁਸੀਂ ਦੇਖਿਆ ਹੋਊਗਾ ਚੈਨਲ ਦੇ ਸਬਸਕ੍ਰਾਈਬ ਦਾ ਬਟਨ ਆਉਂਦਾ ਜੀ ਜਾਂ ਵੀਡੀਓ ਤੁਸੀਂ ਦੇਖ ਕੇ ਅਤੇ ਉੱਪਰ ਪੰਜਾਬੀ ਫਿਟਨੈਸ ਚੈਨਲ ਆਉਂਦਾ ਹੋਊਗਾ ਵੀਡੀਓ ਦੇ ਨੀਚੇ ਵੀ ਜੇ ਵੀਡੀਓ ਨੂੰ ਮਿਨੀਮਾਈਜ਼ ਕਰੋਗੇ ਤਾਂ ਉੱਥੇ ਵੀ ਜਾਂ ਮਿਨੀਮਾਈਜ਼ ਨਾ ਵੀ ਕਰੋਗੇ ਤਾਂ ਲਾਸਟ 'ਤੇ ਇੱਕ ਸਬਸਕ੍ਰਾਈਬ ਆਉਂਦਾ ਹੋਊਗਾ ਉਹਨੂੰ ਤੁਸੀਂ ਪ੍ਰੈਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫਿਟਨੈਸ ਨਾਲ ਰਿਲੇਟਡ ਦੇਸੀ ਨੈਚੁਰਲ ਡਾਇਟ ਬੋਡੀ ਬਣਾਉਣ ਵਾਸਤੇ ਇਹਦੇ 'ਤੇ ਆਪਾਂ ਵੀਡੀਓਜ਼ ਕਰਦੇ ਰਹਿੰਦੇ ਹਾਂ ਅਤੇ ਕਰਦੇ ਰਹਾਂਗੇ ਸਟੀਰੋਇਡਸ ਤੋਂ ਬਚ ਕੇ ਰਹੋ ਮਿਹਨਤ ਕਰੋ ਸਾਡੀ ਡਾਇਟ ਦੇ ਵਿੱਚ ਹੁਣ ਵੀ ਦਾਂ ਹੈਗਾ ਪਰ ਸਾਨੂੰ ਡਾਇਟ ਲੈਣ ਦਾ ਜਿਹੜਾ ਪ੍ਰੋਪਰ ਵੇ ਕਿਵੇਂ ਡਾਇਟ ਲੈਣੀ ਹੈਗੀ ਆ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਫਰੈਸ਼ ਫਰੂਟਸ ਜ਼ਰੂਰ ਖਾਓ ਅੱਜ ਦਾ ਜਿਵੇਂ ਟੋਪਿਕਸ ਆਪਣਾ ਇਹ ਟੋਪਿਕ ਜਿਹੜਾ ਅੱਜ ਦਾ ਇਹੀ ਹੈ ਫਰੈਸ਼ ਫਰੂਟਸ ਸਟੋਰਡ ਫਰੂਟ ਨਾਲੋਂ ਜਿਹੜਾ ਸੀਜ਼ਨਲ ਫਰੂਟ ਹੁੰਦਾ ਉਹੀ ਫਰੈਸ਼ ਫਰੂਟ ਹੁੰਦਾ ਜਦੋਂ ਸੀਜ਼ਨ ਚੇਂਜ ਹੁੰਦਾ ਜਿਹੜਾ ਆਪਾਂ ਨੂੰ ਈਜ਼ੀਲੀ ਨੇੜੇ ਤੋਂ ਅਵੇਲੇਬਲ ਹੈ ਅਮਰੂਦ ਪੰਜਾਬ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਕਾਫੀ ਘਰ ਘਰਾਂ ਨੂੰ ਦਰਖਤ ਲੱਗੇ ਹੁੰਦੇ ਟ੍ਰੀ ਇਹਦੇ ਮਤਲਬ ਬੂਟੇ ਲੱਗੇ ਹੁੰਦੇ ਹੈਗੇ ਇਸ ਕਰਕੇ ਤੁਸੀਂ ਇਹਨੂੰ ਖਾ ਸਕਦੇ ਹਾਂ ਪਰ ਜੇ ਤੁਹਾਨੂੰ ਕਈਆਂ ਲੋਕਾਂ ਨੂੰ ਇਹ ਵਹਿਮ ਹੈਗਾ ਵੀ ਸਾਨੂੰ ਪਥਰੀ ਦੀ ਪ੍ਰੋਬਲਮ ਨਾ ਆ ਜਾਏ ਜੀ ਬੀ ਹੁੰਦੇ ਜਿਹੜੇ ਅਮਰੂਦ ਦੇ ਵਿੱਚ ਉਹਦੇ ਨਾਲ ਕਈ ਵਾਰੀ ਪਥਰੀ ਦੀ ਪ੍ਰੋਬਲਮ ਆ ਜਾਂਦੀ ਹੈ ਕਹਿੰਦੇ ਆ ਸੋਨ ਦੇ ਵਿੱਚ ਆਇਆ ਪਰ ਮੈਂ ਤਾਂ ਬਹੁਤ ਖਾਂਦਾ ਮੈਨੂੰ ਤਾਂ ਕੋਈ ਇਸ ਤਰ੍ਹਾਂ ਦਾ ਹੋਇਆ ਨਹੀਂ ਉਹਦਾ ਕਾਰਨ ਕੀ ਹੁੰਦਾ ਜੀ ਤੁਹਾਡੀ ਡਾਇਟ ਦੇ ਵਿੱਚ ਐਂਟੀਆਕਸੀਡੈਂਟ ਅੰਦਰੋਂ ਕਲੀਨ ਕਰਨ ਵਾਲੀ ਡਾਇਟ ਜਿਹੜੀ ਹੈਗੀ ਜਿਵੇਂ ਪਾਣੀ ਦੀ ਕਮੀ ਹੁੰਦੀ ਹੈ ਪਾਣੀ ਘੱਟ ਪੀਂਦੇ ਹਾਂ ਤੁਸੀਂ ਜਾਂ ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਉਹ ਡਾਇਟ ਦੇ ਵਿੱਚ ਤੁਹਾਡੀ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਜੇ ਤੁਹਾਨੂੰ ਵਹਿਮ ਹੈਗਾ ਤਾਂ ਥੋੜ੍ਹਾ ਜਿਹਾ ਕੋਈ ਗੱਲ ਨਹੀਂ ਚਲੋ ਠੀਕ ਹੈ ਤੁਸੀਂ ਇਹ ਜੇ ਆਪਾਂ ਕੋਈ ਡਾਇਟ ਲੈਂਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਵਹਿਮ ਹੀ ਹੈ ਫਿਰ ਡਾਇਟ ਖਾਣ ਦਾ ਵੀ ਕੋਈ ਫਾਇਦਾ ਨਹੀਂ ਫਿਰ ਤੁਸੀਂ ਜੇ ਫਰੂਟ ਅਮਰੂਦ ਨੂੰ ਇਸ ਤਰ੍ਹਾਂ ਨਹੀਂ ਖਾਣਾ ਚਾਹੁੰਦੇ ਤਾਂ ਫਿਰ ਥੋੜ੍ਹਾ ਜਿਹਾ ਉਹਦੇ ਵਿੱਚੋਂ ਬੀਜ ਕੱਢ ਕੇ ਤਾਂ ਉਹਨੂੰ ਕੱਟ ਕੇ ਵਿੱਚੋਂ ਬੀਜ ਕੱਢ ਕੇ ਕ੍ਰੋਸ ਲਾ ਕੇ ਚਾਰ ਟੁੱਟੇ ਕਰਕੇ ਵਿੱਚੋਂ ਬੀਜ ਕੱਢ ਕੇ ਅਮਰੂਦ ਦੇ ਖਾਓ ਖਾਓ ਜ਼ਰੂਰ ਫਰੈਸ਼ ਸੀਜ਼ਨਲ ਫਰੂਟ ਹੈ ਸੋ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ